ਯਿਸੂ ਨੇ ਉਹਨਾਂ ਨੂੰ ਉਹਨੂੰ ਆਖਿਆ ਯਿਸੂ ਮਸੀਹ ਨੇ ਉਹਨੂੰ ਆਖਿਆ ਜੇ ਕੋਈ ਆਪਣਾ ਹੱਥ ਹੱਲ ਤੇ ਰੱਖ ਕੇ ਪਿਤਾ ਨੂੰ ਵੇਖੇ ਜੇ ਕੋਈ ਆਪਣਾ ਹੱਥ ਹੱਲ ਦੇ ਉੱਤੇ ਰੱਖ ਕੇ ਪਿਤਾ ਨੂੰ ਮੁੜ ਕੇ ਦੇਖਦਾ ਆ ਤਾਂ ਉਹ ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ ਤਾਂ ਉਹ ਪਰਮੇਸ਼ਵਰ ਦੇ ਰਾਜ ਦੇ ਯੋਗ ਉਹ ਸਵਰਗ ਰਾਜ ਦੇ ਯੋਗ ਉਸ ਸਵਰਗ ਦੇ ਵਿੱਚ ਕਦੀ ਵੀ ਜਾ ਨਹੀਂ ਸਕਦਾ ਜਿਹੜਾ ਬੰਦਾ ਮੁੜ ਪਾਪ ਦੇ ਵਿੱਚ ਜਾਂਦਾ ਆ ਜਿਹੜਾ ਬੰਦਾ ਮੁੜ ਨਸ਼ੇ ਦੇ ਵਿੱਚ ਜਾਂਦਾ ਆ ਜਿਹੜਾ ਬੰਦਾ ਮੁੜ ਵਿਚਾਰ ਦੇ ਵਿੱਚ ਜਾਂਦਾ ਆ ਬੁਰਾਈ ਦੇ ਵਿੱਚ ਜਾਂਦਾ ਆ ਪਰਮੇਸ਼ਵਰ ਦੇ ਵਚਨਾਂ ਦੀ ਉਲੰਘਣ ਦੇ ਵਿੱਚ ਜਾਂਦਾ ਆ ਉਹ ਬੰਦਾ ਦੁਬਾਰਾ ਸਵਰਗ ਦੇ ਵਿੱਚ ਨਹੀਂ ਜਾ ਸਕਦਾ ਜਿਹੜਾ ਦੁਬਾਰਾ ਦੁਬਾਰਾ ਉਹਨਾਂ ਗਲਤੀਆਂ ਨੂੰ ਦੁਹਰਾਉਂਦਾ ਆ ਯਿਸੂ ਮਸੀਹ ਨੇ ਕਿਹਾ ਜਿਹੜਾ ਬੰਦਾ ਹੱਲ ਤੇ ਹੱਥ ਰੱਖ ਕੇ ਪਿੱਛੇ ਨੂੰ ਮੁੜ ਕੇ ਦੇਖਦਾ ਆ ਪੁਰਾਣੇ ਆਦਤਾਂ ਨੂੰ ਪੁਰਾਣੀਆਂ ਸੀਬਨਾਂ ਨੂੰ ਆਪਣੀਆਂ ਇੱਛਾਵਾਂ ਨੂੰ ਆਪਣੀਆਂ ਖੁਆਇਸ਼ਾਂ ਨੂੰ ਉਹ ਬੰਦਾ ਸਵਰਗ ਰਾਜ ਦੇ ਵਿੱਚ ਜਾ ਉਹ ਬੰਦਾ ਸਵਰਗ ਰਾਜ ਦੇ ਵਿੱਚ ਜਾ ਨਹੀਂ ਸਕਦਾ ਝੂਠਾ ਦਿਲਾਸਾ ਨਾ ਦਿਓ ਉਹੀ ਬੰਦਾ ਸਵਰਗ ਦੇ ਵਿੱਚ ਜਾ ਸਕਦਾ ਆ ਜਿਹੜਾ ਖੁਦਾਵੰਦ ਯਿਸੂ ਮਸੀਹ ਦੀ ਆਵਾਜ਼ ਨੂੰ ਸੁਣਦਾ ਆ ਉਹਦੇ ਕਲਾਮ ਨੂੰ ਸੁਣਦਾ ਆ ਉਹਦੇ ਮੁਤਾਬਿਕ ਆਪਣਾ ਜੀਵਨ ਚਲਾਉਂਦਾ ਯਾਨੀ ਕਿ ਯਿਸੂ ਮਸੀਹ ਨੂੰ ਫੋਲੋ ਕਰਦਾ ਆ ਯਿਸੂ ਮਸੀਹ ਅੱਗੇ ਅੱਗੇ ਉਹ ਬੰਦਾ ਪਿੱਛੇ ਪਿੱਛੇ ਯਾਨੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਕੋਈ ਖੱਡਾ ਆ ਜਾਂ ਨੁਕਸਾਨ ਹੋਣ ਵਾਲੀ ਕੋਈ ਚੀਜ਼ ਹੈ ਤਾਂ ਯਿਸੂ ਮਸੀਹ ਨੇ ਉਹ ਪਹਿਲਾਂ ਹੀ ਸਾਫ਼ ਕਰ ਦੇਣਾ ਤੁਸੀਂ ਆਰਾਮ ਨਾਲ ਲੰਘ ਸਕਦੇ ਤੁਹਾਡਾ ਨੁਕਸਾਨ ਨਹੀਂ ਹੋਗਾ ਹਾਲੇਲੂਯਾ ਹਾਲੇਲੂਯਾ ਹੱਲ ਤੇ ਹੱਥ ਰੱਖ ਕੇ ਪਿੱਛੇ ਮੁੜ ਕੇ ਜਿਹੜਾ ਦੇਖਦਾ ਉਹ ਮੇਰੇ ਕਾਬਿਲ ਹੈ ਨਹੀਂ ਪਵਿੱਤਰ ਕਲਾਮ ਦੇ ਵਿੱਚ ਯਿਸੂ ਮਸੀਹ ਨੇ ਕੀ ਆਖਿਆ ਇੱਕ ਜਗ੍ਹਾ ਦੇ ਉੱਤੇ ਆਖਿਆ ਆ ਪੜ੍ਹਨਾ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਲੋਕਾਂ ਦੀ ਅੰਜੀਲ ਜਦੋਂ 17 ਦੀ 32 ਨੂੰ ਪੜ੍ਹੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਯਿਸੂ ਮਸੀਹ ਨੇ ਆਖਿਆ ਕਹਿੰਦੇ ਲੂਤ ਨੂੰ ਯਾਦ ਰੱਖਣਾ ਜਿਹਨੂੰ ਯਾਦ ਰੱਖਣਾ ਲੂਤ ਦੀ ਤੀਵੀ ਨੂੰ ਯਾਦ ਰੱਖਣਾ ਸਦੂਮ ਤੇ ਅਮੂਲਾ ਨੂੰ ਯਾਦ ਰੱਖਣਾ ਕੀ ਹੋਇਆ ਸੀ ਸਦੂਮ ਤੇ ਅਮੂਲਾ ਦੇ ਵਿੱਚ ਕੀ ਹੋਇਆ ਸੀ ਲੂਤ ਦੀ ਵਾਈਫ ਦੇ ਨਾਲ ਕੀ ਹੋਇਆ ਸੀ ਕੀ ਹੋਇਆ ਸੀ ਆਵਾਜ਼ ਨਹੀਂ ਆਈ ਦੱਸਦੇ ਕਿਉਂ ਨਹੀਂ ਮਾਂ ਨਹੀਂ ਮਾਈ ਮਾਰਦਾ ਚੱਲ ਬੋਲੋ ਕੀ ਕਿੱਦਾਂ ਕਦੋਂ ਕਦੋਂ ਜਦੋਂ ਉਹਨੇ ਪਿੱਛੇ ਮੁੜ ਕੇ ਦੇਖਿਆ ਉਦੋਂ ਕੀ ਹੋ ਗਈ ਲੂਣ ਦਾ ਖੰਭਾ ਬਣਦਾ ਯਾਦ ਰੱਖਣਾ ਜਦੋਂ ਹੀ ਆਪਣੇ ਪੁਰਾਣੇ ਜੀਵਨ ਦੇ ਵੱਲ ਦੇਖਣਗੇ ਅੱਗੇ ਨਹੀਂ ਵੱਧ ਸਕਦੇ ਮੈਨੂੰ ਵੱਧ ਕੇ ਦਿਖਾਓ ਪਿੱਛੇ ਇੱਦਾਂ ਦੇਖੋਗੇ ਤਾਂ ਅੱਗੇ ਤੁਰ ਕੇ ਦਿਖਾਓ ਤੁਰ ਹੋ ਜੂਗਾ ਤੁਰ ਹੋ ਗਏ ਤਾਂ ਧੋਕਰ ਲੱਗੇਗੀ ਕਿਸੇ ਦੇ ਵਿੱਚ ਜਾ ਕੇ ਵੱਜੂਗੇ ਜਿਹੜਾ ਹੱਲ ਤੇ ਹੱਥ ਰੱਖ ਕੇ ਪਿੱਛੇ ਮੁੜ ਕੇ ਦੇਖਦਾ ਉਹ ਮੇਰੇ ਕਾਬਿਲ ਨਹੀਂ ਆ ਉਹ ਸਵਰਗ ਦੇ ਵਿੱਚ ਵੀ ਨਹੀਂ ਜਾ ਸਕਦਾ ਬੰਦਾ